ਰਾਜਨੀਤੀ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਤੇ ਨਾ ਕੋਈ ਦੋਸਤ ਹੁੰਦਾ। ਜੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਕਾਂਗਰਸ ਅਤੇ ਜਿਹੜੇ ਸ਼ਰਦ ਪਵਾਰ ਸਰਕਾਰ ਬਣਾ ਸਕਦੇ ਆ ਤੇ ਅਸੀਂ ਤਾਂ ਇਸ ਇਲਾਕੇ ਦੇ ਰਹਿਣ ਵਾਲੇ ਆ। ਡਾਕਟਰ ਨਛੱਤਰਪਾਲ, ਅਸੀਂ ਸਾਰੇ ਇੱਥੇ ਦੇ ਵਸੋਂ ਦੇ ਰਹਿਣ ਵਾਲੇ ਤੇ ਰਾਜਨੀਤਿਕ ਵਿੱਚ ਬਹੁਤ ਜਿਹੜੇ ਆ ਉਤਰਾਅ ਚੜਾਅ ਆਉਂਦੇ ਆ। ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਡੇ ਵੱਡੇ ਵੀਰ ਜਹੇਦਰ ਕਰਨੈਲ ਸਿੰਘ, ਪੀਰ ਮੁਹੰਮਦ ਉਹਨਾਂ ਨੂੰ ਔਰ ਲੋਹ ਪੁਰਸ਼ ਜਹੇਦਰ ਜਗਦੇਵ ਸਿੰਘ ਤਲਵੱਡੀ ਦੇ ਦੋਹਤੇ ਗੁਰਜੀਤ ਸਿੰਘ ਜਿਹੜੇ ਚੀਮਾ ਜੀ ਆ ਉਹਨਾਂ ਦੀ ਡਿਊਟੀ ਲਾਈ ਔਰ ਇਹ ਸਾਰਾ ਜਿਹੜਾ ਮਸਲਾ ਸੌਰਟ ਆਊਟ ਹੋ ਗਿਆ। ਔਰ ਅਸੀਂ ਹੁਣ ਜਿਹੜੀ ਆ ਡਾਕਟਰ ਨਛੱਤਰਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਆ, ਜਿਨ੍ਹਾਂ ਦੇ ਜਿਹੜੇ ਆ ਮੁੱਖ ਮੰਤਰੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਣਗੇ। ਬਹੁਤ ਜ਼ਰੂਰੀ ਆ, ਮੇਰੀ ਸਨੀ ਨਾਲ ਗੱਲ ਹੋਈ ਸੀ, ਸੋਨੂੰ ਸਮਾਨਪੁਰ ਨਾਲ ਗੱਲ ਹੋਈ ਆ ਜੀ। ਥੋੜੇ ਇਮੋਸ਼ਨਲ ਹੋ ਰਹੇ ਨੇ, ਉਹ ਕਹਿੰਦੇ ਨੇ ਕਿ ਸਾਡੇ ਭਾਜੀ ਦਾ ਕਿਰਦਾਰ ਬਿਲਕੁਲ ਸਾਫ਼ ਹੈ। ਬਿਲਕੁਲ ਜੀ, ਪਹਿਲਾਂ ਵੀ ਸੀ ਤੇ ਹੁਣ ਵੀ ਹੈ ਜੀ। ਔਰ ਜੀ ਨੇ ਲਿਆ ਜੀ ਉਹ ਵਾਪਸ ਆਪਣੇ ਜਿੰਨੇ ਅਲਫਾਜ਼ ਸਾਰੇ ਗਲਤ ਸੀ। ਚਲੋ ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੇ ਆ ਮੇਰੇ ਜਿਹੜੇ ਪੇਪਰ ਆ ਉਹ ਕੁਛ ਟੈਕਨੀਕਲ ਕਾਰਨਾਂ ਕਰਕੇ ਰਿਜੈਕਟ ਪਾਏ ਗਏ ਆ। ਔਰ ਸਾਡੇ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਰਦਾਰ ਜਸਵੀਰ ਸਿੰਘ ਗੜੀ ਜੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਹੇਦਰ ਕਰਨੈਲ ਸਿੰਘ ਜੀ, ਪੀਰ ਮੁਹੰਮਦ ਔਰ ਉਹਨਾਂ ਦੇ ਨਾਲ ਆਏ ਲੋਹ ਪੁਰਸ਼ ਜਹੇਦਰ ਜਗਦੇਵ ਸਿੰਘ ਤਲਵੰਡੀ ਜੀ ਦੇ ਦੋਹਤੇ ਜੀ ਜਿਹੜੇ ਗੁਰਜੀਤ ਸਿੰਘ ਜੀ ਚੀਮਾ ਜੀ ਉਹ ਆਏ। ਸਾਰਿਆਂ ਨੇ ਜੋ ਵੀ ਇਸ ਤਰ੍ਹਾਂ ਦੀ ਨਾਲ ਬੈਠ ਕੇ ਘੋਖ ਕਰਵਾਈ ਗਈ ਔਰ ਅਸੀਂ ਇਹ ਅੱਗੇ ਤੋਂ ਜਿਹੜਾ ਆ ਵੀ ਕਿਉਂਕਿ ਅਸੀਂ ਪਹਿਲਾਂ ਵੀ ਪਾਰਟੀ ਦੇ ਨਾਲ ਸੀ, ਕੁਛ ਟੈਕਨੀਕਲ ਐਰਰ ਹੋਣ ਕਰਕੇ ਇਹ ਜੋ ਦੁਬਧਾ ਬਣੀ ਸੀ ਉਹ ਸਾਰੀ ਕਲੀਅਰ ਹੋ ਚੁੱਕੀ ਆ। ਔਰ ਅਸੀਂ ਸਾਡੇ ਭਰਾ ਡਾਕਟਰ ਨਛੱਤਰਪਾਲ ਜੀ ਜਿਹੜੇ ਅਸੀਂ ਉਹਨਾਂ ਦਾ ਇਕੱਠੇ ਹੋ ਕੇ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਅਪਣਾਵਾਂਗੇ। ਸਾਡੇ ਸਾਰੇ ਹੀ ਵੀਰ ਜਿਵੇਂ ਰਾਹੋਂ ਤੋਂ ਬੌਬੀ ਪ੍ਰਧਾਨ ਜੀ, ਜਹੇਦਰ ਜਰਨੈਲ ਸਿੰਘ ਵਾਹ ਜੀ ਔਰ ਦਰਜਾ ਬਦਰਜਾ ਜਿੰਨੇ ਵੀ ਦੋਨੋਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਆ, ਸਾਰਿਆਂ ਨੇ ਇੱਕ ਬੈਠ ਕੇ ਫੈਸਲਾ ਕੀਤਾ ਕਿਉਂਕਿ ਮੇਰੀ ਜਿਹੜੀ ਉਮੀਦਵਾਰੀ ਸੀ ਉਹ ਬਹੁਜਨ ਸਮਾਜ ਪਾਰਟੀ ਦੀ ਸੀ ਔਰ ਸਾਡੇ ਵੀਰ ਨਛੱਤਰਪਾਲ ਜੀ ਦੀ ਜਿਹੜੀ ਉਮੀਦਵਾਰੀ ਸੀ ਉਹ ਵੀ ਬਹੁਜਨ ਸਮਾਜ ਪਾਰਟੀ ਦੀ ਸੀ, ਪਰ ਕੁਛ ਟੈਕਨੀਕਲ ਕਾਰਨਾਂ ਕਰਕੇ ਜਿਹੜੇ ਮੇਰੇ ਪੇਪਰ ਆ ਉਹ ਰੱਦ ਹੋ ਗਏ ਆ। ਔਰ ਇਹਨਾਂ 'ਤੇ ਕਰਕੇ ਜਿਹੜੇ ਸਾਡੇ ਅਸਲੀ ਉਮੀਦਵਾਰ ਆ, ਕਿਉਂਕਿ ਮੇਰੀ ਦਾਅਵੇਦਾਰੀ ਪਾਰਟੀ ਦੇ ਨਾਲ ਸੀ ਇਸ ਕਰਕੇ ਮੈਂ ਨਾ ਪਹਿਲਾਂ ਪਾਰਟੀ ਦੇ ਖਿਲਾਫ਼ ਜਾਂ ਕਦੀ ਹੋਰ ਕਿਤੇ ਬਿਆਨ ਦਿੱਤਾ ਅਤੇ ਹੁਣ ਵੀ ਅਸੀਂ ਪਾਰਟੀ ਦੇ ਨਾਲ ਇਕੱਠੇ ਹੋ ਕੇ ਕਿਉਂਕਿ ਹਰ ਇੱਕ ਬੰਦੇ ਦਾ ਅਧਿਕਾਰ ਆ ਇਲੈਕਸ਼ਨ ਲੜਨਾ, ਆਪਣੀ ਦਾਅਵੇਦਾਰੀ ਕਰਨੀ ਔਰ ਉਸ ਤੋਂ ਬਾਅਦ ਅਸੀਂ ਜਿਹੜੇ ਆ ਹੁਣ ਸਾਰੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਉਹ ਜਿਹੜਾ ਆ ਉਹ ਸ਼੍ਰੋਮਣੀ ਬਹੁਜਨ ਸਮਾਜ ਪਾਰਟੀ ਦੇ ਦਫ਼ਤਰ ਤੋਂ ਹੀ ਆਇਆ ਸੀ। ਮੈਂ ਜਿਹੜਾ ਸਾਰੀਆਂ ਇਸ ਇਲਾਕਾ ਨਿਵਾਸੀਆਂ ਨੂੰ ਕਹਿੰਦਾ ਕਿ ਸਾਡੇ ਉਮੀਦਵਾਰ ਡਾਕਟਰ ਨਛੱਤਰਪਾਲ ਜੀ ਹਨ, ਅਸੀਂ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਆ। ਜਿਹੜੇ ਟੈਕਨੀਕਲ ਐਰਰ ਹੁੰਦੇ ਆ ਉਹ ਟੈਕਨੀਕਲ ਐਰਰ ਹੁੰਦੇ ਆ, ਤੁਸੀਂ ਜਿੰਨੇ ਵੀ ਸਵਾਲ ਕਰੋਗੇ ਮੇਰਾ ਉਹਦਾ ਉੱਤਰ ਆ। ਲੋਕ ਮੈਟਰ